किसान मजदूर एकता, मोदी सरकार। सो आपां सारयां नूं पता है भी जिहड़े कानून पास होए ने ये किसानां मजदूरां ते सारयां लोकां दे जिहड़े विरुद्ध आ, ये पहला ये जिहड़े कानून पास होए ने साडियां जमीनां खोणगे। ये ना सोचो भी कल्लियां जमीनां खोणगे, पहला जमीनां खो लैणगे ते फिर इत्थे फैक्टरियां लाउणगे, फिर तुहाडे घर भी ढा देणगे। ये तो जिवें बाहरले मुल्कां च अमरीका च गोरे कालियां नूं वेचदे हुंदे सी ना मजदूरी वास्ते, फिर थोड़ा सौदा भी अंबानिया नाल कर देणगे। इत्थे जिहड़ा पंजाब नूं ये खत्म करन ते लगे हुए है, क्योंकि इन्हां नूं पता भी जिहड़ा पंजाब है यही आवाज़ चक सकदा साडे विरुद्ध, होर तां कोई चुकदा नहीं, क्योंकि जम्मू कश्मीर च धारा तोड़ी आ चुप रहे ने, पर पंजाब पूरी आवाज़ चुकूगा। तो जिहड़ा मोदी है यह बांदर है, तुसीं सोचदे हो मैं बांदर क्यों कह रहा इहनूं। बीजेपी दे लीडर है तरुण चुग, वह कहिंदा मैं किसानां दीआं लत्तां तोड़ दूंगा। सो मेरे वल्लों खुल्ला चैलेंज है, मेरा पिंड मजौली है, मेरे ते परचा करना परचा कर सकदा। असीं इत्थे बैठे हाँ, ये पिंड शंभू कलां नेड़े, किते आवे ते साडियां लत्तां तोड़ के दिखावे। ਜਿੱਦਾਂ ਮੈਂ ਉਹਦੇ 'ਚ ਇਕੱਲਾ ਮੈਕਾਂ ਦੇ ਬੋਲਣ ਨਾਲ ਘਰੇ ਬਹਿ ਕੇ ਫਿਰ ਲੁਕ ਜਾਂਦੇ, ਜਦੋਂ ਕਿਸਾਨ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਲਾਉਂਦੇ ਫਿਰ ਕਾਹਤੋਂ ਨਹੀਂ ਉਹ ਬਾਹਰ ਨਿਕਲਦੇ। ਅੱਤਵਾਦੀ ਕਿਸਾਨਾਂ ਨੂੰ ਕਹੀ ਜਾਂਦੇ ਹੈ ਅਤੇ ਆਪ ਦੰਗੇ ਭੜਕਾਉਣ ਦੀ ਉਹ ਕੋਸ਼ਿਸ਼ ਕਰਦੇ ਰਹਿੰਦੇ ਹੈ। ਸੋ ਇਹ ਬੀਜੇਪੀ ਦੀਆਂ ਨੀਤੀਆਂ ਨੇ ਵੀ ਫੁੱਟ ਪਾਓ ਅਤੇ ਰਾਜ ਕਰੋ ਅੰਗਰੇਜ਼ਾਂ ਵਾਲੀਆਂ। ਜਦੋਂ ਸਾਡੇ ਧਰਨੇ ਹੁੰਦੇ ਉਦੋਂ ਹੀ ਅਕਾਲੀ ਦਲ ਧਰਨੇ ਲਾ ਕੇ ਬਹਿ ਜਾਂਦਾ ਹੈ, ਵੀ ਜਦੋਂ ਇਹ ਰਾਹ 'ਚੋਂ ਲੰਘਣਗੇ ਕਿਤੇ ਸਾਡੇ ਹੀ ਬੰਦੇ ਕਹਿਣਗੇ ਵੀ ਅਕਾਲੀ ਦਲ ਮੁਰਦਾਬਾਦ ਟਕਰਾ ਕੇ ਜਿਹੜਾ ਆਪਸ 'ਚ ਉਹ ਕਿਸਾਨਾਂ ਦਾ ਹੋ ਜੂਗਾ। ਹੁਣ ਸੁਖਬੀਰ ਬਾਦਲ ਨੇ ਫੋੜ ਨੂੰ ਅੱਗ ਲਾ ਲਈ, ਆਪ ਬਹਿ ਜਾਂਦਾ ਉਹਦੇ 'ਤੇ, ਆਪ ਫੁੱਕੇ ਮਰ ਜਾਂਦਾ ਉਹ। ਕੁਰਬਾਨੀ ਕਹੀ ਜਾਂਦੇ ਆ ਵੀ ਇਹਦੇ ਕੁਰਬਾਨੀ ਦਿੱਤੀ ਆ ਅਕਾਲੀ ਦਲ ਨੇ, ਸਾਰੇ ਜੀ ਤਾਂ ਉਹਦੇ ਪੂਰੇ ਨੇ। ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਮਰਿਆ ਦਾ ਹੈ ਨਹੀਂ ਕੋਈ, ਜੇ ਮਰਦਾ ਫਿਰ ਹੁੰਦੀ ਆ ਕੁਰਬਾਨੀਆਂ ਦੀ ਪਾਰਟੀ ਦਾ, ਕਾਹਦੀ ਕੁਰਬਾਨੀ ਦੀ ਪਾਰਟੀ ਹੋਈ ਇਹ। ਸੋ ਸਾਰਿਆਂ ਦੀ ਇਹ ਜਿਹੜੇ ਰਲੇ ਹੋਏ ਨੇ, ਕੈਪਟਨ ਨੂੰ ਕਹੀ ਜਾਂਦੇ ਆ ਵੀ ਇਹਦਾ ਕਿਸਾਨਾਂ ਦਾ ਰਾਖਾ ਹੁਣ ਬਿੱਲ ਪਾਸ ਕਰਤਾ ਇਹਨੇ, ਕਾਹਦਾ ਬਿੱਲ ਪਾਸ ਕੀਤਾ ਉਹ SDM ਨੂੰ ਕਹੀ ਗਏ ਹਾਈ ਕੋਰਟ 'ਤੇ ਪਹੁੰਚਾਤੇ ਕਿਸਾਨ। ਕੋਈ ਕੈਪਟਨ ਕੁਪਟਨ ਕਿਸਾਨਾਂ ਦਾ ਇਹਨਾਂ ਦਾ ਕੋਈ ਆਸ ਨਾ ਰੱਖੋ, ਆਪਣੀ ਲੜਾਈ ਸਾਨੂੰ ਆਪ ਲੜਨੀ ਪੈਣੀ ਹੈ। ਸੋ ਫਤਿਹ ਦੀ ਦੁਆਰੇ ਸਾਂਝ ਪਾਊਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਠੀਕ ਹੈ।